ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਰਾਹੁਲ ਕਲਾ ਜ਼ੀਰਾ ਮੋਰਚਾ ਨੇ ਵੱਡੇ ਐਲਾਨ ਕੀਤੇ ਆ ਸਰਕਾਰ ਦੇ ਅੱਗੇ ਕਈ ਮੰਗਾਂ ਰੱਖੀਆਂ ਨੇ ਤੇ ਸਭ ਤੋਂ ਪਹਿਲਾ ਵੱਡੀ ਮੰਗ ਇਹ ਹੀ ਹੈ ਕਿ ਸਰਕਾਰ ਨੇ ਜੋ ਸ਼ਰਾਬ ਦੀ ਫੈਕਟਰੀ ਬੰਦ ਕਰਨ ਨੂੰ ਲੈ ਕੇ ਦਾਵਾ ਕੀਤਾ ਹੈ ਤਾਂ ਇਸ ਦੇ ਕਾਰਨ ਦੱਸੇ ਜਾਣ ਕਿ ਸ਼ਰਾਬ ਦੀ ਫੈਕਟਰੀ ਬੰਦ ਕਿਉਂ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਇਹ ਵੀ ਮੰਗ ਕੀਤੀ ਗਈ ਹੈ ਕਿ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਜਾਵੇ ਤੇ ਉਸ ਤੋਂ ਇਲਾਵਾ ਹੋਰ ਕੀ ਕੁਝ ਮੰਗਾਂ ਨੇ ਉਸ ਬਾਰੇ ਵੀ ਤੁਹਾਨੂੰ ਇੱਕ ਇੱਕ ਕਰਕੇ ਸੁਣਾਣੇ ਆ ਤੇ ਕਈ ਵੱਡੇ ਫੈਸਲੇ ਲੈ ਕੇ ਇਸ ਮੋਰਚੇ ਵੱਲੋਂ ਅੱਜ ਇਕੱਠ ਕੀਤਾ ਗਿਆ ਸੀ ਤੇ ਮੀਟਿੰਗ ਹੋਈ ਇਸ ਮੀਟਿੰਗ ਤੋਂ ਬਾਅਦ ਇਹ ਵੀ ਦੱਸਿਆ ਗਿਆ ਸਭ ਤੋਂ ਪਹਿਲਾਂ ਕਿ ਜਿਹੜੇ ਨਜਾਇਜ਼ ਪਰਚੇ ਕੀਤੇ ਗਏ ਨੇ ਉਹ ਵੀ ਰੱਦ ਕੀਤੇ ਜਾਣ ਫਿਰ ਧਰਨਾਕਾਰੀਆਂ ਦਾ ਜੋ-ਜੋ ਵੀ ਨੁਕਸਾਨ ਹੋਇਆ ਚਾਹੇ ਆਰਥਿਕ ਹੋਇਆ ਉਸ ਦੀ ਭਰਪਾਈ ਵੀ ਜਿਹੜੀ ਹੈ ਉਹ ਸਰਕਾਰ ਕਰੇ ਨਾਲ ਦੀ ਨਾਲ ਪ੍ਰਦਰਸ਼ਨਕਾਰੀਆਂ ਦੀ ਹਾਈ ਕੋਰਟ ਦੇ ਵਿੱਚ ਦਿੱਤੀਆਂ ਗਈਆਂ ਫਰਦਾਂ ਉਹਨਾਂ ਨੂੰ ਵਾਪਸ ਲਿਆ ਜਾਵੇ ਤੇ ਨਾਲ ਦੀ ਨਾਲ ਫੈਕਟਰੀ ਫੈਕਟਰੀ ਦੇ ਉੱਪਰ ਪ੍ਰਦੂਸ਼ਣ ਕਾਰਨ ਫੈਕਟਰੀ ਦੇ ਨਾਲ ਜੋ ਪ੍ਰਦੂਸ਼ਣ ਹੋਇਆ ਉਸ ਦੇ ਕਾਰਨ ਜੜੀ ਜੜੀਆਂ ਮੌਤਾਂ ਹੋਈਆਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਆਰਥਿਕ ਮਦਦ ਦਿੱਤੀ ਜਾਵੇ ਵਾਤਾਵਰਣ ਮਾਹਰ ਅਤੇ ਸਥਾਨਕ ਲੋਕਾਂ ਦੀ ਇੱਕ ਕਮੇਟੀ ਬਣਾਈ ਜਾਵੇ ਸ਼ਰਾ ਫੈਕਟਰੀ ਨੇੜੇ ਵੱਸਦੇ ਲੋਕਾਂ ਦੀ ਸਿਹਤ ਸੰਬੰਧੀ ਇੱਕ ਵਿਸ਼ੇਸ਼ ਕਾਰਡ ਬਣਾਏ ਜਾਣ ਤਾਂ ਜੋ ਉਹ ਪੰਜਾਬ ਦੇ ਕਿਸੇ ਵੀ ਹਸਪਤਾਲ ਦੇ ਵਿੱਚੋਂ ਮੁਫਤ ਦੇ ਅੰਦਰ ਇਲਾਜ ਹਾਸਲ ਕਰ ਸਕਣ ਇਲਾਕੇ ਦੇ ਪਿੰਡਾਂ ਨੂੰ ਫਿਰ ਪੀਣ ਯੋਗ ਸਾਫ਼ ਪਾਣੀ ਵੀ ਮੁਹੱਈਆ ਕਰਾਉਣ ਦੇ ਲਈ ਅਪੀਲ ਕੀਤੀ ਗਈ ਹੈ ਇਸ ਦੀ ਮੰਗ ਰੱਖੀ ਹੋਈ ਹੈ ਤੇ ਨਾਲ ਦੀ ਨਾਲ ਫਸਲਾਂ ਦੇ ਲਈ ਜੋ ਜ਼ੀਰਾ ਸ਼ਰਾ ਫੈਕਟਰੀ ਦੇ ਨੇੜੇ-ਨੇੜੇ ਦੇ ਪਿੰਡ ਹੈਗੇ ਨੇ ਉਹਨਾਂ ਨੂੰ ਫਸਲਾਂ ਦੇ ਲਈ ਵੀ ਪਾਣੀ ਨਹਿਰੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਇਸ ਤੋਂ ਇਲਾਵਾ ਸ਼ਰਾਬਦੀ ਫੈਕਟਰੀ ਦੇ ਅੰਦਰ ਜਿਹੜੇ ਮਜ਼ਦੂਰ ਪਿਛਲੇ 6 ਮਹੀਨੇ ਤੋਂ ਪਹਿਲਾਂ ਦੇ ਕੰਮ ਕਰ ਰਹੇ ਨੇ ਜਦੋਂ ਤੋਂ ਸ਼ਰਾਬ ਫੈਕਟਰੀ ਦੇ ਬਾਹਰ ਮੋਰਚਾ ਲੱਗਿਆ ਉਸ ਤੋਂ ਪਹਿਲਾਂ ਦੇ ਕੰਮ ਕਰ ਰਹੇ ਨੇ ਉਹਨਾਂ ਨੂੰ 5 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਵੇ ਤੇ 6 ਮਹੀਨੇ ਤੋਂ ਬਾਅਦ ਵਾਲੇ ਜਿਹੜੇ ਮੁਲਾਜ਼ਮ ਹੈਗੇ ਨੇ ਸ਼ਰਾਬ ਫੈਕਟਰੀ ਦੇ ਉਹਨਾਂ ਨੂੰ ਘੱਟੋ ਘੱਟ 3 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਵੇ ਸ਼ਰਾਬ ਫੈਕਟਰੀ ਦੇ ਮਾਲਕ ਦੀਪ ਮਲਹੋਤਰਾ ਤੇ ਨਾਲ ਦੀ ਨਾਲ ਪੂਰੀ ਮੈਨੇਜਮੈਂਟ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ ਗਈ ਹੈ ਫੈਕਟਰੀ ਕਾਰਨ ਪਾਣੀ ਖਰਾਬ ਹੋਇਆ ਤੇ ਇਸ ਦੇ ਲਈ ਧਾਰਾ 307 ਲਗਾਈ ਜਾਵੇ ਇਹਨਾਂ ਦੇ ਖਿਲਾਫ ਫੈਕਟਰੀ ਨੇ ਫੈਕਟਰੀ ਦੇ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਇਹਦੀ ਧਾਰਾ 201 ਜੋੜੀ ਜਾਵੇ ਪਾਣੀ ਦੇ ਕਾਨੂੰਨ ਜਿਹੜੇ ਹੈਗੇ ਨੇ 24 ਅਤੇ 43 ਇਸ ਦੇ ਤਹਿਤ ਵੀ ਪਰਚਾ ਦਰਜ ਕੀਤਾ ਜਾਵੇ ਨਾਲ ਦੀ ਨਾਲ ਗੈਰ ਕਾਨੂੰਨੀ ਮਾਈਨਿੰਗ ਦਾ ਮੁਕੱਦਮਾ ਵੀ ਇਹਨਾਂ ਦੇ ਖਿਲਾਫ ਲਗਾਇਆ ਜਾਵੇ ਸ਼ਰਾਫ ਫੈਕਟਰੀ ਦੀ ਜ਼ਮੀਨ ਜਿਹੜੀ ਹੈਗੀ ਹੈ ਉਸ ਦੇ ਉੱਪਰ ਇੱਕ ਵੱਡਾ ਹਸਪਤਾਲ ਬਣਾਇਆ ਜਾਵੇ ਸ਼ਰਾਫ ਫੈਕਟਰੀ ਦੇ ਖਾਤਿਆਂ ਨੂੰ ਸੀਲ ਕਰਕੇ ਦੀਪ ਮਲਹੋਤਰਾ ਜੋ ਸ਼ਰਾਫ ਫੈਕਟਰੀ ਦਾ ਮਾਲਕ ਹੈ ਉਸ ਨੂੰ 500 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਜਾਵੇ ਤੇ ਜੁਰਮਾਨੇ ਦੀ ਰਕਮ ਜਿਹੜੀ ਹੈਗੀ ਹੈ ਇਸ ਦੇ ਨਾਲ ਹੀ ਸ਼ਰਾਬ ਫੈਕਟਰੀ ਦੇ ਅੰਦਰ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਵਿੱਚ ਉਹਨਾਂ ਨੂੰ ਮੁਆਵਜ਼ੇ ਦੇ ਲਈ ਵੰਡਿਆ ਜਾਵੇ ਤੇ ਨਾਲ ਦੀ ਨਾਲ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਨੇ ਉਹਨਾਂ ਨੂੰ ਵੀ ਇਸੇ ਹੀ ਮੁਆਵਜ਼ੇ ਇਸੇ ਹੀ ਜੁਰਮਾਨੇ ਦੀ ਰਕਮ ਦੇ ਵਿੱਚ ਜਿਹੜਾ ਹੈ ਉਹ ਆਰਥਿਕ ਮਦਦ ਦਿੱਤੀ ਜਾਵੇ ਤਾਂ ਅੱਜ ਮੋਰਚੇ ਨੇ ਵੱਡੇ ਫੈਸਲੇ ਲਏ ਨੇ ਤੇ ਇਹ ਵੀ ਕਿਹਾ ਕਿ ਜਦੋਂ ਤੱਕ ਇਹ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਧਰਨਾ ਲਗਾਤਾਰ ਜਾਰੀ ਰਹੇਗਾ ਡਿਮਾਂਡ ਪੂਰੀ ਹੋਣ ਤੋਂ ਬਾਅਦ ਹੀ ਖਤਮ ਕੀਤਾ ਜਾਵੇਗਾ ਹਾਲਾਂਕਿ ਪੰਜਾਬ ਦੀ ਸਰਕਾਰ ਨੇ ਧਰਨਾਕਾਰੀ ਧਰਨਾ ਪ੍ਰਦਰਸ਼ਨ ਜੋ ਹੋ ਰਹੇ ਸੀ ਸ਼ਰਾ ਫੈਕਟਰੀ ਦੇ ਬਾਹਰ ਉਸ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਸੀ ਕੁਝ ਬੀਤੇ ਦਿਨੀ ਕਿ ਸ਼ਰਾਬ ਦੀ ਫੈਕਟਰੀ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਕਾਰਨ ਕੀ ਇਹ ਬੰਦ ਕਰਨ ਦੇ ਇਹ ਵੀ ਵੱਡਾ ਸਵਾਲ ਖੜਾ ਕੀਤਾ ਗਿਆ ਤੇ ਦੂਸਰੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਹੁਣ ਕਿਸਾਨ ਵੀ ਬਾਜ਼ਿਦ ਨੇ ਕਿ ਜਦੋਂ ਤੱਕ ਇਹ ਪੂਰੀਆਂ ਮੰਗਾਂ ਨਹੀਂ ਮੰਨਿਆ ਜਾਂਦੀਆਂ ਉਦੋਂ ਤੱਕ ਧਰਨਾ ਲਗਾਤਾਰ ਜਾਰੀ ਰਹੇਗਾ